ਕਿਸਾਨ ਮਜ਼ਦੂਰ ਅਤੇ ਨੌਜਵਾਨ ਬੱਚਿਆਂ ਵੱਲੋਂ ਮਾਰਚ ਕਰਕੇ ਮਿੰਨੀ ਸੈਕਟਰੇਟ ਦੇ ਬਾਹਰ ਪ੍ਰਧਾਨ ਮੰਤਰੀ ਅਤੇ ਹਰਿਆਣੇ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਭੁੱਲਾ ਨੇ ਦੱਸਿਆ ਕਿ ਭਾਜਪਾ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ। ਉਲਟਾ 5 ਮਹੀਨੇ ਤੋਂ ਜੋ ਕਿਸਾਨ ਮਜ਼ਦੂਰ ਸੰਘਰਸ਼ ਕਰ ਰਹੇ ਹਨ ਅਤੇ ਸੰਘਰਸ਼ ਦੌਰਾਨ ਜਿਨ੍ਹਾਂ ਪੁਲਿਸ ਕਰਮਚਾਰੀਆਂ ਨੇ ਕਿਸਾਨਾਂ ਮਜ਼ਦੂਰਾਂ ਨਾਲ ਮਾਰਕੁੱਟ ਕੀਤੀ ਅਤੇ ਗੋਲੀਆਂ ਮਾਰ ਕੇ ਨੌਜਵਾਨ ਨੂੰ ਮਾਰਿਆ ਸੀ, ਉਹਨਾਂ ਅਫਸਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਹੀ ਭਾਰਤ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ਹੈ। ਉਹਨਾਂ ਸਮੂਹ ਕਿਸਾਨਾਂ ਨੂੰ ਇਕਜੁੱਟ ਹੋ ਕੇ ਇਹਨਾਂ ਸਰਕਾਰਾਂ ਖਿਲਾਫ਼ ਮੋਰਚਾ ਖੋਲ੍ਹ ਕੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਕਰਨ ਦੀ ਅਪੀਲ ਕੀਤੀ। ਅਸੀਂ ਆਪਣੀਆਂ ਮੰਗੀਆਂ ਹੋਈਆਂ ਮੰਨਾਂ ਨੂੰ ਲੈ ਕੇ ਫਰਵਰੀ ਮਹੀਨੇ ਤੋਂ ਕਿਸਾਨ ਮੋਰਚਾ, ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਸਾਂਝੇ ਤੌਰ 'ਤੇ ਜੰਗ ਲੜ ਰਹੇ। ਸਾਡੀਆਂ ਮੰਗਾਂ ਕੀ ਆ? ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੋ, MSP ਦੀ ਗਰੰਟੀ ਚਾਹੀਦੀ ਹੈ, ਨਰੇਗਾ ਦੀ ਦਿਹਾੜੀ 700 ਰੁਪਈਆ ਹੋਣੀ ਚਾਹੀਦੀ ਆ, ਪਾਣੀਆਂ 'ਤੇ ਡਾਕੇ ਨਹੀਂ ਵੱਜਣੇ ਚਾਹੀਦੇ, ਇੱਥੋਂ ਤੱਕ ਆ ਕਿ ਪੂੰਜੀਵਾਦ ਲੋਕ ਸਾਡੀਆਂ ਹਵਾਵਾਂ 'ਤੇ ਵੀ ਕਬਜ਼ਾ ਕਰਨਾ ਚਾਹੁੰਦੇ। ਅਤੇ ਜਦੋਂ ਅਸੀਂ ਆਪਣੇ ਸੰਘਰਸ਼ ਕਰਨ ਜਾ ਰਹੇ ਸੀ ਅਤੇ ਰਸਤੇ ਵਿੱਚ ਹਰਿਆਣਾ ਸਰਕਾਰ ਨੇ ਮੋਦੀ ਜੀ ਦੀ ਸ਼ਹਿ 'ਤੇ ਮੋਰਟਰ ਗੰਨਾਂ ਨਾਲ ਕਿਸਾਨਾਂ ਮਜ਼ਦੂਰਾਂ 'ਤੇ ਗੋਲੇ ਦਾਗੇ, ਅਥਰੂ ਗੈਸ ਦੇ ਗੋਲੇ ਦਾਗੇ, ਇੱਥੋਂ ਤੱਕ ਆ ਕਿ ਸ਼ੁਭ ਕਰਮ ਨੂੰ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਅਤੇ ਅੱਜ ਕਿਸਾਨਾਂ ਮਜ਼ਦੂਰਾਂ 'ਚ ਜ਼ਿਆਦਾ ਰੋਸ ਤਾਂ ਪਾਇਆ ਜਾ ਰਿਹਾ ਕਿ ਹਰਿਆਣਾ ਸਰਕਾਰ ਜਿਹੜੇ ਪੁਲਿਸ ਵਾਲਿਆਂ ਨੇ ਸਾਨੂੰ ਗੋਲੀਆਂ ਮਾਰੀਆਂ, ਡਾਂਗਾਂ ਮਾਰੀਆਂ, ਸਾਨੂੰ ਨਿਆਂ ਦੇਣ ਦੀ ਬਜਾਏ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਜਿਵੇਂ ਜ਼ਕਰੀਆ ਖਾਨ ਮੁੱਲ ਪਾਉਂਦਾ ਸੀ ਸਿਰਾਂ ਦੇ ਅਤੇ ਇਨਾਮ ਦਿੰਦਾ ਸੀ, ਉਸੇ ਪਾਸੇ ਸੇ ਮੋਦੀ ਜੀ ਤੁਰ ਪਏ ਆ। ਅੱਜ ਦੋ ਫੋਰਮਾਂ ਦੇ ਸੱਦੇ 'ਤੇ ਪੂਰੇ ਭਾਰਤ ਵਰਸ਼ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਅਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਪੁਤਲੇ ਫੂਕੇ ਜਾ ਰਹੇ। ਜੋ ਦੋਵੇਂ ਫੋਰਮ ਆਦੇਸ਼ ਦੇਣ ਦੇ ਅਸੀਂ ਇੱਕ ਬਹੁਤ ਛੋਟੇ ਜਿਹੇ ਸਿਪਾਹੀ ਹਾਂ, ਉੱਤੇ ਪੈਰਾ ਦਿਆਂਗੇ। ਔਰ ਦੱਸ ਦੇਣਾ ਚਾਹੁੰਦੇ ਹਾਂ ਮੋਦੀ ਜੀ, ਜੇਕਰ ਤੁਸੀਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ, ਇਹ ਤੁਹਾਡੀਆਂ ਜੜ੍ਹਾਂ ਪੁੱਟ ਕੇ ਰੱਖ ਦੇਣ। ਅਸੀਂ ਕਹਿੰਦੇ ਜਿਹੜੀਆਂ ਇਹ ਜਾਤੀਆਂ, ਤੁਸੀਂ ਤਾਂ ਇੱਕ ਲਾਡੋਵਾਲ ਦੀ ਗੱਲ ਕੀਤੀ ਹੈ, ਪੂਰੇ ਭਾਰਤ ਦੇ ਵਿੱਚ ਹੋ ਰਹੀਆਂ ਆਹ ਜਿਹੜੇ ਨਵੇਂ ਕਾਨੂੰਨ ਆ ਗਏ ਆ, ਇਹ ਇੱਥੋਂ ਤੱਕ ਆ ਵੀ ਭਾਵੇਂ ਕੋਈ ਪੱਤਰਕਾਰ ਆ, ਭਾਵੇਂ ਕੋਈ ਬੁੱਧੀਜੀਵੀ ਆ, ਸਿਰਫ ਇੱਕ ASI ਨੇ ਇੰਨਾ ਬਿਆਨ ਦੇਣਾ ਆ ਕਿ ਮੈਨੂੰ ਕਿਸੇ ਖਾਸ ਮੁਖਬਰ ਨੇ ਦੱਸਿਆ ਕਿ ਫਲਾਣੇ ਪੱਤਰਕਾਰ ਕੋ ਅਸਲਾ ਆ ਜਾਂ ਬੁੱਧੀਜੀਵੀ ਕੋ ਅਸਲਾ ਆ, ਉਹ ਤੁਹਾਨੂੰ ਜੁੱਕ ਕੇ ਜੇਲ੍ਹ 'ਚ ਡੱਕ ਲੂਗਾ, ਤੁਹਾਡਾ 90 ਦਿਨ ਦਾ ਰਿਮਾਂਡ ਲੈ ਲੂਗਾ, ਉਹ ਨਾ ਤੁਹਾਨੂੰ 90 ਦਿਨ ਕੁੱਟਦਾ ਰਹੂਗਾ ਅਤੇ ਉਸ ਤੋਂ ਬਾਅਦ ਉਹ ਕਹਿ ਦੂਗਾ ਤੁਸੀਂ ਵੇਖਣਾ ਆ, ਅਤੇ ਤੁਸੀਂ ਕਿਸੇ ਵੀ ਕੋਰਟ ਵਿੱਚ ਜਾ ਕੇ ਉਹਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਵਾ ਸਕੋਗੇ। ਤਾਨਾ ਸ਼ਾਹ ਰਵੱਈਏ 'ਤੇ ਮੋਦੀ ਜੀ ਉਤਰ ਆਏ ਆ, ਭੈੜੇ ਭੈੜੇ ਕਾਨੂੰਨ ਲੈ ਕੇ ਆ ਰਹੇ ਆ, ਅਜੇ ਸਾਰਾ ਕੁਛ ਟ੍ਰਾਇਲ ਬੇਸ 'ਤੇ ਚੱਲ ਰਿਹਾ। ਤੁਸੀਂ ਟੋਲਾਂ ਦੀ ਗੱਲ ਕਰ ਰਹੇ ਆ, ਹਵਾਵਾਂ 'ਤੇ ਕਬਜ਼ੇ ਹੋਣ ਜਾ ਰਹੇ ਆ, ਪਾਣੀਆਂ 'ਤੇ ਕਬਜ਼ੇ ਤਾਂ ਹੋ ਹੀ ਚੁੱਕੇ ਆ, ਤੁਸੀਂ ਆਪਣੇ ਘਰਾਂ 'ਚ ਬੋਰ ਨਹੀਂ ਕਰਵਾ ਸਕਣਾ। ਅਤੇ ਅਸੀਂ ਅੱਜ ਵੀ ਸਮੂਹ ਲੋਕਾਂ ਨੂੰ ਹੋਕਾ ਦਿੰਦੇ ਤੁਹਾਡੇ ਰਾਹੀਂ, ਆਓ ਇਕੱਠੇ ਹੋ ਕੇ ਇਸ ਜ਼ੁਲਮ ਦੇ ਖਿਲਾਫ਼ ਲੜੀਏ।